ਜਾਨਵਰ ਹਾਜ਼ਮਾ ਕਿਉਂ ਨਹੀਂ ਕਰਦੇ ਔਰ ਇਹਨਾਂ ਦਾ ਹਾਜ਼ਮੇ ਦੇ ਵਿੱਚ ਐਸਾ ਕਿਹੜਾ ਮਸਲਾ ਹੈ ਕਿ ਜਿਹੜੇ ਦੀ ਵਜ੍ਹਾ ਤੋਂ ਇਹ ਖਾਂਦੇ ਘਾਟੇ ਨ ਔਰ ਪਚਾਂਦੇ ਵੀ ਘਾਟੇ ਨ ਤਾਂ ਮੈਂ ਅੱਜ ਇਸ ਵੀਡੀਓ ਦੇ ਸਾਹਮਣੇ ਅੱਲਾ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਗੁੱਡ ਮਾਰਨਿੰਗ ਸਵੇਰ ਬਖੈਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਬੇ ਸਾਰੇ ਦੋਸਤ ਆ ਬਾਪ ਸਾਰੇ ਭੈਣਾ ਬਿਰਾ ਅੱਲਾ ਦੇ ਫਜ਼ਲੋ ਕਰਮ ਨਾਲ ਠੀਕ ਹੋ ਸਨ ਅੱਲਾ ਪਾਕ तमाम ਦੋਸਤ ਭੈਣ ਬਿਰਾਵਾਂ ਦੇ ਵਾਲਿਦੈਨ ਨੂੰ صحت والی اور لمبی زندگی عطا کرے اور جتنے دوست آبا بہن آہن دے والدین اس دنیا تو چلے گا اللہ پاک کروٹ کروٹ, کروٹ جنہ نصیب کرے اور نبی کریم صلی اللہ علیہ وسلم دا دیدار عطا کرے اللہ پاک تمام دوست بہن براہوں نو ٹائم دا نمازی بناوے اللہ پاک سارے دوستان یا نیک خواہشات پوریاں کرے اور تعنو سارا نو بہو بہو مبارک ہوے کہ جیڑا میرا بہن بڑا مسئلہ آئی پانچ دہڑوں تو چار ریاڑوں تو میری ویڈیوز ان مزہ نہیں آتا پیا میں دلو ویڈیو کون بنانا پیا میرا بہت ایشو بنا ہوا الحمدللہ الحمد للہ تاری اور اللہ دا بہت فضل ہے اور والدین دعو کہ میرا وہ مسئلہ حل ہو چکا ہے اللہ پاک تو خوش رکھے اج جی میں ایک ایسے ٹاپک تو ویڈیو بناو والا توں چند گل سامنے والا ਕਿ ਸਾਰਾਂ ਤੋਂ ਪਹਿਲੀ ਗੱਲ ਤਾਂ ਇਹ ਕਿ ਮੈਂ ਤੋਂ ਰਹਿਨਮਾਈ ਔਰ ਇਹ ਦੱਸਣ ਆਲਾਮ ਕਿ ਕੱਲ ਤੋਂ ਇਨਸ਼ਾਅੱਲਾ ਮੰਡੀਆਂ ਦਾ ਵਿਜ਼ਿਟ ਕਰਨ ਆਲੇ ਆ ਕੱਲ ਜੋ ਮਿਰਾਤ ਵਾਲੀ ਮੰਡੀ ਦਾ ਤੁਹਾਨੂੰ ਵੀਆਈਪੀ ਕਿਸਮ ਦਾ ਵਿਜ਼ਿਟ ਕਰੇ ਸੂ ਪਰਸੋ ਜੁਮੇ ਲੜੇ ਸਰਾਇ ਮਹਾਜਰ ਦਾ ਵਿਜ਼ਿਟ ਕਰੇ ਸੂ ਔਰ ਹਫਤੇ ਆ ਲੜੇ ਬਖਰ ਦਾ ਵਿਜ਼ਿਟ ਕਰੇ ਸੂ ਔਰ ਆਲਾ ਤੋਂ ਆਲਾ ਜਾਨਵਰ ਵੀ ਗਿਨ ਸੂ ਔਰ ਰੇਟ ਅਪਡੇਟ ਵੀ ਕਰੇ ਸੂ ਤਾਂ ਅੱਜ ਇੱਕ ਮੇਨ ਮਕਸਦ ਆਈ ਇੱਕ ਮੇਨ ਗੱਲ ਆਈ ਕਿ ਜੀ ਕੁਝ ਦੋਸਤਾਂ ਦੇ ਸਵਾਲ ਇਹਨਾਂ ਕੇ ਸਾਰੇ ਜਾਨਵਰ ਜੀ ਹਾਜ਼ਮਾ ਨਹੀਂ ਕਰੇਂਦੇ ਪਏ ਕੋਈ ਸਾਨੂੰ ਅਸਾਂ ਦੇਸੀ ਬਲਕੇ ਇੰਗਲਿਸ਼ ਦਵਾਈਆਂ ਗੇਨ ਗੇਨ ਕੇ ਥੱਕ ਗਏ ਆ ਲੇਕਿਨ ਸਾਰੇ ਅਸਾਂ ਡਾਕਟਰ ਵੈਂਦੇ ਉਸ ਤੋਂ ਬਾਅਦ ਜੇ ਸਾਰਾ ਜਾਨਵਰ ਕੋਈ ਹਾਜ਼ਮਾ ਸ਼ਾਜ਼ਮਾ ਕੋ ਨਹੀਂ ਕਰੇਂਦਾ ਪਿਆ ਸਾਰੇ ਜਾਨਵਰ ਨੂੰ ਕੋਈ ਫਾਇਦਾ ਵੀ ਕੋ ਨਹੀਂ ਥਿੰਦਾ ਪਿਆ ਇਸ ਹਸਤੇ ਸਾਨੂੰ ਅੰਗਰੇਜ਼ੀ ਦਵਾਈ ਵੀ ਦੱਸੋ ਔਰ ਇਸ ਵਾਸਤੇ ਸਾਨੂੰ ਜੀ ਤੁਸੀਂ ਡੀਡੀ ਹੈ ਨਾ ਦੇਸੀ ਟੋਨਾ ਵੀ ਦਸਾਓ ਤਾਂ ਸਾਰਾਂ ਤੋਂ ਪਹਿਲੇ ਤਾਂ ਮੈਂ ਕਿਹਾ ਚਲੋ ਠੀਕ ਹੈ ਜੀ ਔਰ ਕੁਝ ਦੋਸਤਾਂ ਕਮੈਂਟ ਵੀ ਕੀਤੇ ਨੇ ਕਿ ਜੀਰ ਤੁਸੀਂ ਅੰਗਰੇਜ਼ੀ ਦਵਾਈਆਂ ਵੀ ਥੋੜੀਆਂ ਦੱਸਿਆ ਕਰੋ ਤਾਂ ਜੀ ਸਾਰਾਂ ਤੋਂ ਪਹਿਲੇ ਤਾਂ ਤੁਸੀਂ ਅਗਰ ਅੰਗਰੇਜ਼ੀ ਦਵਾਈਆਂ ਇਸਤੇਮਾਲ ਕਰੋ ਸੋ ਕਿ ਪੈਪਰਮਿੰਟ ਤੋਤਾ ਲਿਜੈਣ ਸਰੇ ਕੀ ਜਾਨ ਤੋਤਾ ਦੀ ਦਵਾਈ ਪੈਪਰਮਿੰਟ ਆਉਂਦੀ ਏ ਉਹ ਹਾਜ਼ਮੇਾਸਤੇ ਬਹੁਤ ਅੱਛੀ ਚੀਜ਼ ਏ ਬਹੁਤ ਬੜੀਆ ਚੀਜ਼ ਏ ਜੀ ਹਾਜ਼ਮੇਾਸਤੇ ਹਾਜ਼ਮੇ ਨੂੰ ਫਿੱਟ ਕਰਨ ਦੇ మేడే دے وچ جتనియా ਤజాబియాત اور جتنے گندے مادے اور جتنی غلط چیز ہونیاں نو ساری ختم کر دیندی تا پیپرمنٹ گینگین سو اور اس نو تو جانور نو کوئی مسئلہ نہیں دا سی سی ایک جانور نو پلاڑو کوئی مسئلہ وی نہیں او ٹھڈی ہوندی ہے اور جانوراں واسطے ایویں ہے جویں کہ جی ایک انسان واسطے پانی اور اکسیجن ہے پیپرمنٹ اچھی چیز ہے اور اے پودنے دی بنی ہوئی ہوندی ہے ا دی وجہ تو اندر میڈا بالکل ڈنڈیار تھی ویندا ہے ਔਰ ਦੂਸਰੀ ਬਾਤ ਜੀ ਇਹ ਤਾਂ ਠੀਕ ਹੀ ਅੰਗਰੇਜ਼ੀ ਦਵਾਈ ਔਰ ਇਸ ਵਜ੍ਹਾ ਤੋਂ ਅਗਰ ਹੁਣ ਕੋਈ ਦੋਸਤ ਆਦੇ ਪੈਣ ਕੇ ਜੀ ਅੰਗਰੇਜ਼ੀ ਦਵਾਈਆਂ ਦੇ ਕੋਈ ਕੈਪਸੂਲ ਹੀ ਡਸੇ ਕਰੋ ਤਾਂ ਮੇਦੇ ਵਾਲਾ ਕੈਪਸੂਲ ਤਾਂ ਜੀ ਇੱਕ ਹੁੰਦਾ ਰਾਈਜ਼ਿਕ ਰਾਈਜ਼ਿਕ ਦੇ ਦਿਓ ਜਾਨਵਰਾਂ ਲੇਕਿਨ ਕੈਪਸੂਲ ਘਟ ਅਸਰ ਕਰੇਨਨ ਔਰ ਜਿਹੜੇ ਦਵੇ ਟੀਕੇ ਟੀਕੇ ਤਾਂ ਨਹੀਂ ਲਵਾਉਣੇ ਚਾਹੀਦੇ ਬਸ ਉਹ ਪੇਪਰਮੈਂਟ ਦਾ ਇਸਤੇਮਾਲ ਕਰੋ ਹੁਣ ਜੀ ਮੈਂ ਤੁਹਾਨੂੰ ਦੇਸੀ ਟੋਟਕਾ ਦਸਾਵਣ ਵਾਲਾ ਦੇਸੀ ਟੋਟਕੇ ਦੇ ਵਿੱਚ ਜੀ ਦੋ ਚੀਜ਼ਾਂ ਇੱਕ ਜੀ ਪੂਦਨਾ ਇੱਕ ਜੀ ਥੋੜਾ ਜਿਹਾ ਅਮਲ ਜ਼ਿਆਦਾ ਕਰਨਾ ਪ੍ਰੋਸੀਜਰ ਦੇ ਵਿੱਚ ਪਿਆਜ਼ ਲੈਸਨ ਪੁਦੀਨਾ ਔਰ ਟਮਾਟਰ ਦਾ ਇਸਤੇਮਾਲ ਕਰਨਾ ਪੋਸੀ ਇਹਦੀ ਵਜ੍ਹਾ ਤੋਂ ਜਿਹੜੇ ਇਹਦਾ ਮਿਕਸਚਰ ਬਣਾ ਕੇ ਤੁਸੀਂ ਸਾਰੇ ਸੋ ਇੱਕ ਤਾਂ ਤੁਹਾਰੇ ਜਾਨਵਰਾਂ ਦੇ ਅੰਦਰ ਜਿਤਨੇ ਕੀੜੇ ਹੋਸਨ ਉਹ ਵੀ ਨਿਕਲ ਵੈਸਨ ਔਰ ਮੇਦਾ ਫਰੈਸ਼ ਥੀ ਵੈਸੀ ਤੁਸੀਂ ਸਾਰਿਆਂ ਤੋਂ ਪਹਿਲੇ ਜੀ ਜਾਨਵਰਾਂ ਦੀ ਮਿਕਦਾਰ ਦੇ ਗੇਣੀ ਅਗਰ ਪੰਜ ਜਾਨਵਰ ਹਨ ਤਾਂ ਪੰਜ ਵਸਲ ਗੇਣ ਗੇਣ ਸੋ ਪੰਜ ਟਮਾਟਰ ਗੇਣ ਗੇਣ ਸੋ ਪੰਜ ਤਕਰੀਬਨ ਇੱਕ ਮੁੱਠ ਜਿਤਨਾ ਪੋਦੀਨਾ ਗੇਣ ਗੇਣ ਸੋ ਔਰ ਪੰਜ ਦਾਣੇ ਲੈਸਨ ਦੇ ਗੇਣ ਗੇਣ ਸੋ ਇਹਨਾਂ ਦਾ ਮਿਕਸਚਰ ਕਰ ਗੇਣ ਸੋ ਕੁੱਟ ਗੇਣ ਸੋ ਦੋਰੀ ਦੇ ਵਿੱਚ ਔਰ ਇਹਨਾਂ ਨੂੰ ਜੀ ਇੰਨੇ ਤਾਂ ਨਹੀਂ ਦੇਵਣਾ ਇਹਨਾਂ ਨੂੰ ਥੋੜਾ ਜਿਹਾ ਆਟੇ ਦੇ ਵਿੱਚ ਬਣਾ ਕੇ ਠੀਕ ਹੈ ਯਾ ਰੋਟੀ ਦੇ ਵਿੱਚ ਦੇ ਕੇ ਰੋਟੀ ਰੋਲ ਕਰਕੇ ਤੇ ਜਾਨਵਰ ਨੂੰ ਖਵਾ ਦੇ ਸੋ ਬੜੀ ਸ਼ੌਕ ਨਾਲ ਔਰ ਮਜ਼ੇ ਨਾਲ ਖਾਵੇ ਸੀ ਇਸ ਦੀ ਵਜ੍ਹਾ ਤੋਂ ਜਾਨਵਰ ਦਾ ਮੇਦਾ ਉੱਕਾ ਫਰੈਸ਼ ਥੀ ਵੇਸੀ ਔਰ ਇਹ ਟੋਟਕਾ ਜਿਹੜਾ ਨਾ ਮੈਂ ਆਪ ਅਮਲ ਦਰਾ ਮਤ ਕੀਤੀ ਤੇ ਪਿਛਲੇ ਤੋਂ ਪਿਛਲੇ ਜਾਨਵਰ ਦਾ ਮੇਦਾ ਥੋੜਾ ਖਰਾਬ ਥੀ ਗਿਆ ਖਾਂਦਾ ਪੀਂਦਾ ਨਹੀਂ ਮੈਂ ਇੱਕ ਬਣਾ ਕੇ ਰੀਤੀ ਕਿਉਂਕਿ ਮੇਰੇ ਕੋਲ ਕੈਮਰੇ ਵਾਲਾ ਮੋਬਾਈਲ ਕੋ ਨਹੀਂ ਤਾਂ ਇਸ ਵਜ੍ਹਾ ਤੋਂ ਨਾ میں ویڈیو نہ بنا سنشاء انشاءاللہ جلد تھی ویڈیو بنا کے مکسچر دی ویڈیو بنا کے دیسوں اور انشاءاللہ مزہ آسی سی امید کر رہے ہیں جی کہ تھی ویڈیو پسند آئی اسی پسند ہے تو چینل سبسکرائب کرے سو ویڈیو لائک کرے سو اور انشاءاللہ شاء کل ویڈیو ضرور دیکھ سو کیونکہ کل منڈی دا وزٹ دلو کرنے والا مل ان انشاءاللہ اللہ ویڈیو اس ٹائم تک اللہ حافظ